ਬੇਸ਼ੱਕ ਕੋਰੋਨਾ ਵਾਇਰਸ ਕਰਕੇ ਪੂਰਾ ਭਾਰਤ ਲੋਕਡਾਊਨ ਹੈ, ਸਾਰੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਕਿ ਘਰੇ ਰਹੋ, ਸੁਰੱਖਿਅਤ ਰਹੋ। ਚੱਪੇ ਚੱਪੇ ਤੇ ਪੁਲਿਸ ਤੈਨਾਤ ਕੀਤੀ ਗਈ ਹੈ, ਪਰ ਇੰਨੀ ਸਖਤੀ ਵਿੱਚ ਵੀ ਚੋਰਾਂ ਦੇ ਹੌਸਲੇ ਬੁਲੰਦ ਨੇ। ਚੋਰਾਂ ਵੱਲੋਂ ਬੇਖੌਫ ਹੋ ਕੇ ਚੋਰੀ ਦੀ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਮਾਜਰੀ ਤੋਂ, ਜਿੱਥੇ ਸੜਕ ਦੇ ਕਿਨਾਰੇ ਬਣੇ ਸ਼ਰਾਬ ਦੇ ਠੇਕੇ ਦੇ ਗੋਦਾਮ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਕੰਧ ਵਿੱਚ ਪਾੜ ਪਾ ਕੇ ਗੋਦਾਮ ਵਿੱਚ ਰੱਖੀਆਂ ਅੰਗਰੇਜ਼ੀ ਸ਼ਰਾਬ ਦੀਆਂ ਤਕਰੀਬਨ 50 ਪੇਟੀਆਂ ਲੈ ਕੇ ਰਫੂ ਚੱਕਰ ਹੋ ਗਏ। ਹੋਈ ਇਸ ਘਟਨਾ ਬਾਰੇ ਮਕਾਨ ਮਾਲਕ ਨੂੰ ਉਸ ਵੇਲੇ ਪਤਾ ਲੱਗਿਆ ਜਦੋਂ ਉਹ ਸਵੇਰ ਦੇ ਸਮੇਂ ਸੈਰ ਕਰਨ ਲਈ ਨਿਕਲਿਆ ਸੀ, ਜਿਸ ਤੋਂ ਬਾਅਦ ਇਸ ਦੀ ਸੂਚਨਾ ਉਸਨੇ ਠੇਕੇ ਤੇ ਕੰਮ ਕਰਨ ਵਾਲੇ ਰਵੀ ਕੁਮਾਰ ਨੂੰ ਦਿੱਤੀ। ਠੇਕੇ ਦੇ ਕਰਿੰਦੇ ਰਵੀ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੋਦਾਮ ਚੋਂ ਕਿਸ ਕਿਸ ਬ੍ਰਾਂਡ ਦੀ ਸ਼ਰਾਬ ਦੀਆਂ ਪੇਟੀਆਂ ਚੋਰੀਆਂ ਹੋਈਆਂ ਹਨ। ਉਧਰ ਮਕਾਨ ਮਾਲਕ ਸੁਖਵਿੰਦਰ ਸਿੰਘ ਨੇ ਹੋਈ ਇਸ ਚੋਰੀ ਬਾਰੇ ਕੀ ਕਿਹਾ, ਆਓ ਸੁਣਦੇ ਹਾਂ। ਰਵੀ ਕੁਮਾਰ ਆ ਜੀ, ਸੁਣੋ। ਮਾਜਰੀ ਦਾ ਠੇਕਾ ਜੀ, ਇਹ ਹੈਗਾ ਜੀ ਆਪਣੇ ਅਮਲੋਹ ਰੋਡ 'ਤੇ ਖੰਨੇ ਤੋਂ ਜੀ। ਚੋਰੀ ਤਾਂ ਰਾਤ ਨੂੰ ਹੋਈ ਹੈ ਜੀ, ਹੁਣ ਸਾਨੂੰ ਤਾਂ ਪਤਾ ਨਹੀਂ ਜੀ, ਅਸੀਂ ਤਾਂ ਆਪਣੇ ਉੱਧਰ ਠੇਕੇ ਦੇ ਅੰਦਰ ਲੁਕੇ ਬੈਠੇ ਹਾਂ ਜੀ, ਵੀ ਕਿਤੇ ਜਾ ਸਕਦੇ ਨਹੀਂ, ਘਰ ਨਹੀਂ ਜਾ ਸਕਦੇ ਜੀ, ਕੋਈ ਸਾਧਨ ਨਹੀਂ, ਵੀ ਅਸੀਂ ਤਾਂ ਅੰਦਰ ਆਪਣਾ ਲੰਮੇ ਪਏ ਹਾਂ ਜੀ, ਰੋਟੀ ਪਾਣੀ ਖਾ ਕੇ ਜੀ। ਬਾਹਰ ਕੀ ਹੋ ਰਿਹਾ, ਬਾਹਰ ਅਸੀਂ ਨਿਕਲਦੇ ਨਹੀਂ ਜੀ, ਵੀ ਕੀ ਹੋ ਰਿਹਾ ਕੀ ਨਹੀਂ ਜੀ, ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਜੀ ਚੋਰੀ ਬਾਰੇ। ਇਹ ਸਵੇਰੇ ਮਤਲਬ ਅਸੀਂ ਦੇਖਿਆ ਜੀ, ਇੱਧਰੋਂ ਸਾਡਾ ਮਤਲਬ ਕੰਧ ਪਾੜੀ ਹੋਈ ਹੈ, ਦਿਖ ਰਹੀ ਹੈ ਸਾਹਮਣੇ, ਇਹ ਪਾੜ ਕੇ ਕੰਧ ਸਾਡਾ ਨੁਕਸਾਨ, ਅੰਦਰੋਂ ਪੇਟੀਆਂ ਚੱਕੀਆਂ ਨੇ ਜੀ, ਬਲੈਂਡਰ ਬ੍ਰੈਡ ਦੀਆਂ ਪੇਟੀਆਂ ਚੱਕੀਆਂ ਗਈਆਂ ਨੇ ਜੀ, ਟੋਟਲ 33 ਪੇਟੀਆਂ ਜੀ, ਇੰਪੀਰੀਅਲ ਬਲੂ ਦੀਆਂ 15 ਪੇਟੀਆਂ ਨੇ ਜੀ, ਬਡਵਾਈਜ਼ਰ ਦੀਆਂ ਹੈਗੀਆਂ ਜੀ, ਵੀਅਰ ਦੀਆਂ 5 ਪੇਟੀਆਂ ਜੀ। ਇਹ ਸਾਡਾ ਨੁਕਸਾਨ ਹੋਇਆ ਜੀ, ਅੰਦਰੋਂ ਜੀ ਵੀਅਰ ਇਹ ਕੰਧ ਪਾੜ ਕੇ ਇੱਥੋਂ ਮਤਲਬ ਰਸਤਾ ਬਣਾ ਕੇ ਅੰਦਰੋਂ ਮਾਲ ਕੱਢਿਆ ਗਿਆ ਜੀ। ਇਹ ਗੋਦਾਮ ਹੈ ਜੀ ਸਾਡਾ ਠੇਕੇ ਦਾ ਜੀ, ਇਹ ਬਾਹਰੋਂ ਮਤਲਬ ਸ਼ਟਰ ਉੱਧਰੋਂ ਲੋਕ ਆ ਜੀ, ਸਾਰੇ ਲੋਕ ਲੱਗੇ ਹੋਏ ਨੇ, ਚਾਬੀਆਂ ਮੇਰੇ ਕੋਲ ਨੇ, ਇਹ ਪਿੱਛੋਂ ਦੀ ਵਾਰਦਾਤ ਹੋਈ ਹੈ ਜੀ। ਫਿਰ ਤੁਹਾਨੂੰ ਕਿਹਨੇ ਦੱਸਿਆ ਸਵੇਰੇ? ਸਵੇਰੇ ਸਾਨੂੰ ਮਕਾਨ ਮਾਲਕਾਂ ਨੇ ਦੱਸਿਆ ਜੀ, ਇਹਨਾਂ ਦਾ ਮਕਾਨ ਮਾਲਕ ਸਾਹਮਣੇ ਹੈਗੇ ਜੀ, ਗੇਟ ਲੱਗਿਆ ਹੋਇਆ, ਇਹ ਸਵੇਰੇ ਗੇਟ ਖੋਲ੍ਹਦੇ ਸਾਰ ਇਹਨਾਂ ਦੇ ਸਾਹਮਣੇ ਦਿਖਿਆ ਜੀ, ਇਹਨਾਂ ਨੂੰ ਮੈਨੂੰ ਜਾ ਕੇ ਦੱਸਿਆ ਜੀ, ਮੈਂ ਇੱਧਰ ਮੇਰਾ ਆਉਂਦਾ ਨਹੀਂ ਜੀ, ਇੱਧਰ ਘਰ ਆ ਜੀ, ਮੇਰਾ ਕੋਈ ਇੱਧਰ ਕੰਮ ਨਹੀਂ ਜੀ ਆਉਂਦਾ, ਘਰੇ ਘਰ ਵਾਲੇ ਪਾਸੇ ਮੇਰਾ ਕੰਮ ਹੈਗਾ ਜੀ, ਸਾਹਮਣੇ ਠੇਕੇ ਦੇ ਸ਼ਟਰਾਂ ਵਾਲੇ ਪਾਸੇ ਜੀ, ਇੱਧਰ ਮੈਂ ਆਇਆ ਨਹੀਂ ਜੀ, ਇੱਧਰ ਸਵੇਰੇ ਇਹਨਾਂ ਨੇ ਦੱਸਿਆ ਜੀ, ਘਰ ਮਕਾਨ ਮਾਲਕ ਨੇ ਜੀ ਆ ਖੜ੍ਹੇ ਨੇ, ਇਹਨਾਂ ਨੂੰ ਪੁੱਛ ਲਓ ਜੀ, ਇਹਨਾਂ ਗੇਟ ਖੋਲ੍ਹਿਆ ਜਿਸ ਟਾਈਮ, ਉਸ ਟਾਈਮ ਇਹਨਾਂ ਨੇ ਮੈਨੂੰ ਜਾ ਕੇ ਇਤਲਾਹ ਕਰੀ ਹੈ ਜੀ, ਮੈਂ ਉਸੇ ਟਾਈਮ ਠੇਕੇਦਾਰਾਂ ਨੂੰ ਫੋਨ ਕਰਿਆ ਜੀ। ਬੰਦੇ ਦਾ ਹੁਣ ਸਾਨੂੰ ਕੀ ਪਤਾ ਜੀ, ਹੁਣ ਇੰਨਾ ਪਤਾ ਹੁੰਦਾ ਫਿਰ ਚੋਰੀ ਕਿਉਂ ਹੁੰਦੀ ਜੀ ਇਹ। ਪੁਲਿਸ ਨੂੰ ਵੀ ਇਤਲਾਹ ਦੇ ਦਿੱਤੀ ਜੀ, ਸਾਰਾ ਕੁਝ ਹੋ ਗਿਆ ਜੀ, ਉਹਨਾਂ ਨੇ ਆਪਣਾ ਆਪਣੀ ਉਹਨਾਂ ਨੇ ਫੋਟੋਆਂ ਫਾਟੋਆਂ ਖਿੱਚ ਲਈਆਂ, ਸਾਰਾ ਕੁਝ ਕਰ ਲਿਆ ਜੀ। ਬਾਹਰ ਮਾਲ ਖਿੰਡਿਆ ਹੋਇਆ ਸੀਗਾ, ਉਹ ਵੀ ਅਸੀਂ ਸਾਰਾ ਸੰਭਾਲ ਲਿਆ ਜੀ, ਮਤਲਬ ਪੁਲਿਸ ਦੇ ਕਹਿਣ ਦੇ ਵੀ ਸਾਰਾ ਉਹਨਾਂ ਨੇ ਗਿਣਤੀ ਗੁਣਤੀ, ਟੋਟਲ ਮਤਲਬ ਇਹ 33 ਪੇਟੀਆਂ ਬਲੈਂਡਰ ਜੀ, 15 ਇੰਪੀਰੀਅਲ ਬਲਿਊ ਔਰ 5 ਪੇਟੀਆਂ ਬੀਅਰ ਦੀਆਂ, ਟੋਟਲ ਇੰਨਾ ਨੁਕਸਾਨ ਹੋਇਆ ਜੀ। ਮੈਂ ਤੜਕੇ 5:30 ਵਜੇ ਉੱਠ ਕੇ ਬਾਹਰ ਅੰਦਰ ਫਿਰ ਘੁੰਮਦਾ ਹੁੰਦਾ, ਘੁੰਮ ਕੇ ਜਦੋਂ ਮੈਂ 6:45 ਵਜੇ ਦਰਵਾਜ਼ਾ ਖੋਲ੍ਹਿਆ ਅਤੇ ਆਹ ਵੇਖੀ, ਇੱਥੇ ਸਭ ਕੁਝ ਖਿਲਰਿਆ ਪਿਆ ਸੀਗਾ, ਅਤੇ ਮੈਂ ਇਹਨੂੰ ਮੁੰਡੇ ਨੂੰ ਜਾ ਕੇ ਠਾਇਆ, ਮੈਂ ਕਿਹਾ ਭਾਈ ਯਾਰ ਦੇਖ ਤੇਰਾ ਤਾਂ ਚੋਰੀ ਹੋ ਗਈ ਆ, ਬਸ ਆਹ ਚੀਜ਼ ਆ, ਅਤੇ ਇਹਨੇ ਆਪਣੇ ਲਗਾ ਲਿਆ, ਆਪਾਂ ਫਿਰ ਉਸ ਨੂੰ ਦੱਸਿਆ, ਜਾ ਕੇ ਮਾਲਕ ਨੂੰ ਦੱਸਿਆ, ਅਸੀਂ ਤਾਂ ਅੰਦਰ ਪਏ ਹੁੰਦੇ ਹਾਂ ਜੀ, ਸਾਨੂੰ ਤਾਂ ਪਤਾ। ਇਸ ਮਾਮਲੇ ਵਿੱਚ ਕੋਈ ਵੀ ਪੁਲਿਸ ਅਧਿਕਾਰੀ ਕੈਮਰੇ ਅੱਗੇ ਕੁਝ ਵੀ ਨਹੀਂ ਬੋਲਿਆ, ਪਰ ਫੋਨ ਤੇ ਇੰਨਾ ਜ਼ਰੂਰ ਕਿਹਾ ਕਿ ਅਸੀਂ ਐਕਸਾਈਜ਼ ਵਿਭਾਗ ਵੱਲੋਂ ਇਸ ਦੇ ਰਿਕਾਰਡਿੰਗ ਜਾਂਚ ਕਰਵਾ ਰਹੇ ਹਾਂ, ਜੋ ਵੀ ਕਾਰਵਾਈ ਹੋਵੇਗੀ ਅਮਲ ਵਿੱਚ ਲਿਆਉਂਦੀ ਜਾਵੇਗੀ। ਮੈਂ ਆਪਣੇ ਇਹ ਮੋਢਿਆਂ ਤੇ ਗੋਢਿਆਂ ਤੋਂ ਬਹੁਤ ਦੁਖੀ ਸੀ, ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ, ਪਰ ਜਦ ਤੋਂ ਮੈਨੂੰ ਫ੍ਰੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ,
ਅਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ। ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ। ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ, ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।